ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਕਿਵੇਂ? ਠੀਕ ਠਾਕ ਹੀ ਹੋ? ਵਧੀਆ, ਤੁਸੀਂ ਦੱਸੋ? ਆਪਣੇ ਆਪਣੇ ਵਧੀਆ ਆ। ਅਤੇ ਤੁਹਾਡੀ ਸਾਰਿਆਂ ਦੀ ਬਹੁਤ ਜ਼ਿਆਦਾ ਰਿਕੁਐਸਟ ਆ ਰਹੀ ਸੀ, ਇੱਕ ਰਿਕੁਆਇਰਮੈਂਟ ਆ ਰਹੀ ਸੀ ਕਿ ਪ੍ਰੀਤ ਦਾ ਜੂੜੇ ਦਾ ਵਲੋਗ ਪਾਇਆ ਜਾਵੇ, ਇਹ ਕਿਵੇਂ ਬਣਾਉਂਦੀ ਆ ਜੂੜਾ। ਅਤੇ ਜੂੜਾ ਕੋਈ ਐਡਾ ਖਾਸ ਤਾਂ ਹੈ ਨਹੀਂ, ਹੈ ਨਾ? ਜੂੜਾ ਕੁਝ ਖਾਸ ਨਹੀਂ ਹੈ, ਸਿੰਪਲ ਜਿਹਾ ਜੂੜਾ ਵਾ, ਪਰ ਸਾਰੇ ਨੂੰ ਬਹੁਤ ਜ਼ਿਆਦਾ ਪਸੰਦ ਆ, ਅਤੇ ਇਸ ਕਰਕੇ ਅੱਜ ਤੁਹਾਨੂੰ ਅਸੀਂ ਜੂੜੇ ਦਾ ਵਲੋਗ ਬਣਾ ਕੇ ਦੱਸਾਂਗੇ। ਵੈਸੇ ਮੇਰਾ ਇਰਾਦਾ ਨਹੀਂ ਹੈਗਾ ਕੋਈ ਬਣਾਉਣ ਦਾ, ਮੈਸੇਜ ਬੜੇ ਆਏ ਨਾ ਤਾਂ ਕਰਕੇ ਮੈਂ ਕਿਹਾ ਚਲੋ ਬਣਾ ਲੈਂਦੇ ਹਾਂ। ਮੈਨੂੰ ਪਰਸਨਲੀ ਮੇਰੇ ਵਟਸਐਪ 'ਤੇ ਵੀ ਮੈਸੇਜ ਆਉਂਦੇ ਆ ਕਿ ਤੁਸੀਂ ਜੂੜੇ ਦਾ ਵਲੋਗ ਬਣਾ ਕੇ ਪਾਓ, ਅਤੇ ਮੈਂ ਖੁਦ ਵੀ ਜੂੜਾ ਕਰਾਂਗੀ, ਅਤੇ ਇੱਕ ਮੈਂ ਮਣੀ ਦੇ ਵੀ ਟਰਾਈ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਾਂਗੀ ਕਿ ਜੂੜਾ ਕਿੱਦਾਂ ਵਾ। ਵੈਸੇ ਹੈ ਬਹੁਤ ਜ਼ਿਆਦਾ ਸਿੰਪਲ ਆ, ਕੋਈ ਔਖਾ ਨਹੀਂ ਆ। ਆਜੋ ਫਿਰ ਮੈਂ ਤੁਹਾਨੂੰ ਦਿਖਾਉਂਦਾ ਕਿ ਜੂੜਾ ਕਿਵੇਂ ਕਰਦੀ ਆ ਪ੍ਰੀਤ। ਲਓ ਜੀ ਮੈਡਮ ਹੁਣ ਤੁਹਾਨੂੰ ਜੂੜਾ ਕਰਕੇ ਵਿਖਾਉਣਗੇ। ਜੂੜਾ ਕਰਦੇ ਵੀ ਜਰੂਰੀ ਹੁੰਦੀ, ਇੰਨਾ ਸਿੰਪਲ ਜੂੜਾ। ਚੱਲ ਕੋਈ ਗੱਲ ਨਹੀਂ, ਜਦੋਂ ਸਾਰਿਆਂ ਨੇ ਹੁਣ ਕਿਹਾ ਆ ਤਾਂ ਫਿਰ ਕਰਕੇ ਦਿਖਾਉਣਾ ਪੈਣਾ, ਹੈ ਨਾ? ਤੈਨੂੰ ਜੂੜਾ ਕਰਨ ਨੂੰ ਕਿਹਾ, ਤੂੰ ਤਾਂ ਕੰਘੀ ਕਰੀ ਜਾਣ ਡੀ ਆ। ਅੱਛਾ, ਆਹੋ ਤੇ ਹੋਰ ਕੀ, ਇਹ ਵੀ ਖਾਣਾ ਵਿੱਚ ਪਹਿਲਾਂ ਸਿਰ ਨਾ ਹੋ ਜਮਾ ਦੇਣਾ, ਸਿਰ ਨਹੀਂ ਨਾ ਤਾਏ। ਹਾਏ ਮੈਂ ਜੇ ਕੱਲ ਭਾਜੀ ਸਿਰ ਨਾ ਤਾਏ, ਦੇਖੋ ਮੈਂ ਜੂੜੇ ਦੇ ਵਿੱਚ ਕਿੰਨੀਆਂ ਰਬੜਾਂ ਮੈਂਟਾ ਸਾਂਭੇ, ਇੱਕ ਆ ਇੱਕ ਕਿ ਤੁਹਾਡੇ ਪਿੰਡੋਂ ਲੈ ਕੇ ਆਈ ਸੀ ਮਣੀ, ਚੋਰੀ ਕਰਕੇ ਆਈ ਹੋ ਸਰਿਆਮ ਨਾ ਲੱਗਣ ਡਿਆ ਚੋਰੀ ਦਾ। ਜੇ ਜਦੋਂ ਮੈਂ ਸਿਰ ਨਹਾਤਾ ਹੁੰਦਾ ਵਾ ਉਦੋਂ ਮੈਂ ਰਬੜ ਵੀ ਨਹੀਂ ਪਾਉਂਦੀ, ਉਦੋਂ ਮੈਂ ਸਿੰਪਲ ਹੀ ਜੂੜਾ ਕਰ ਲੈਂਦੀ ਹੁੰਦੀ ਹਾਂ। ਹੁਣ ਜੂੜਾ ਸਟਿੱਕ ਲੈਣੀ ਆ, ਸਭ ਤੋਂ ਪਹਿਲਾਂ ਵਾਲਾਂ ਨੂੰ ਇੱਦਾਂ ਕਰਨਾ, ਇਵੇਂ ਘੁਮਾ ਕੇ ਇੱਦਾਂ, ਆਹ ਜਿਹੜੇ ਵਾਲ ਵਧੇ ਹੋਣੇ ਉਹਨਾਂ ਨੂੰ ਇੱਦਾਂ ਦੋ ਵਾਰੀ ਗੋਲ ਰਾਊਂਡ ਕਰਨਾ ਵਾ, ਅਤੇ ਬਾਅਦ 'ਚੋਂ ਆਹ ਵਾਲਾਂ ਨੂੰ ਇਵੇਂ ਕਰਕੇ ਜੂੜਾ ਸਟਿੱਕ ਲਾ ਲੈਂਦੀ। ਖੁੱਲੇ ਛੱਡ ਦਿੰਦੇ ਤੂੰ ਸਾਰੇ ਜਾਣੇ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹਨੂੰ ਐਕਸਾਈਟਮੈਂਟ ਆ ਸਾਡੇ ਵਿਆਹ ਦੀ ਵੀਡੀਓ ਵੇਖਣ ਦੀ, ਸਾਰੇ ਜਾਣੇ ਦੱਸਿਓ। ਤੇ ਹੁਣ ਪ੍ਰੀਤ ਇੱਕ ਵਾਰੀ ਮਣੀ ਦਾ ਜੂੜਾ ਕਰਕੇ ਵਿਖਾ ਦੂਗੀ, ਇੱਕ ਵਾਰੀ ਫਿਰ ਵਧੀਆ ਤਰੀਕੇ ਨਾਲ ਸਮਝ ਲੱਗ ਜੂਗੀ, ਹੈ ਕਿ ਨਹੀਂ? ਚਲੋ ਜੀ ਹੁਣ ਮਣੀ ਦਾ ਵੀ ਕਰ ਦਿਓ ਜੂੜਾ। ਮਣੀ ਨੇ ਕਟਿੰਗ ਤਾਂ ਬਹੁਤ ਸੋਹਣੀ ਕਰਾਈ ਆ, ਪਤਾ ਨਹੀਂ ਜੂੜੇ 'ਚ ਵਾਲ ਆਉਣੇ ਵੀ ਆ ਕਿ ਨਹੀਂ। ਇਹਦੇ ਵਾਲ ਸੋਹਣੇ ਲੱਗਣੇ ਸਗੋਂ, ਕਿਉਂਕਿ ਕਟਿੰਗ ਤੇ ਨਹੀਂ ਨਾ, ਵਾਲ ਰਿਪਲੇ ਰਹਿਣੇ ਨਾ। ਸਹੀ ਗੱਲ, ਇਹਦਾ ਵੈਸੇ ਮੈਂ ਰਬੜ ਤੋਂ ਬਿਨਾਂ ਕਰਦੀ ਆ। ਪੋਟ ਦੇ ਮੈਂ ਤਾਂ ਕਿੰਨਾ ਵਾਲ ਇਹਦੇ, ਤੁਸੀਂ ਕਹਿੰਦੇ ਆ ਜੋ ਬਣਾ ਲਾ। ਆ ਵੇਖ ਜਿੱਦਾਂ ਵਾਲ ਫੜੇ ਆ, ਹਾਂਜੀ, ਇਹਨਾਂ ਨੂੰ ਕਿਵੇਂ ਘੁਮਾਉਣਾ ਬਸ ਇਦਾਂ ਕਰਕੇ। ਹਾਂਜੀ ਹਾਂਜੀ, ਘੁਮਾਤਾ ਜਿਹੜੇ ਆ ਵਾਲ ਵਧੇ ਆ ਇਹਨਾਂ ਦੇ ਦੋ ਰਾਉਂਡ ਮਾਰ ਦੇਣੇ, ਇਹਨਾਂ ਦੇ ਦੋ ਰਾਉਂਡ ਬਣਾ ਲਓ, ਇੱਕ ਬਣਨਾ ਇੱਕ ਬਣਾ ਲਓ, ਜਿਹਦੇ ਜਿੱਡੇ ਵਾਲ ਉਦਾਂ ਹੀ ਬਣਨਾ। ਜਿਹੜੇ ਆ ਵਾਲ ਫੜੇ ਹੋਣੇ ਆ ਇੱਥੋਂ ਫੜ ਕੇ ਇਦਾਂ ਜੂੜਾ ਸਟਿੱਕ ਤੇ ਆਪਣੇ ਸਾਰੇ ਵਾਲਾਂ ਨੂੰ ਲਾ ਲੈਣੀਆਂ। ਜਿਹੜੇ ਨੀਚੇ ਵਾਲ ਹੋਣੇ ਨਾ ਆਹ ਵਾਲੇ ਵਾਲ ਇਹਨਾਂ ਦੇ ਵਿੱਚੋਂ ਦੀ ਘੁਮਾ ਕੇ ਲਿਆਉਣੀਆਂ ਤਾਂ ਕਿ ਖੁੱਲ੍ਹੇ ਨਾ, ਇੱਦਾਂ ਜੂੜਾ ਬਣਨਾ ਸਾਡਾ। ਕੋਈ ਗੱਲ ਨੀ, ਤੁਸੀਂ ਟਰਾਈ ਕਰਿਓ, ਫੇਰ ਪੁੱਛ ਲਿਓ। ਹਾਂਜੀ ਚਲੋ ਠੀਕ ਆ ਜੀ, ਓਕੇ ਬਾਏ, ਸਤਿ ਸ਼੍ਰੀ ਅਕਾਲ। ਅੱਜ ਨਾ ਮੈਂ ਗੱਲ ਕਰਨੀ ਇੱਕ ਤੁਹਾਡੇ ਨਾਲ। ਕਿਹੜੀ ਕਿਹੜੀ ਕਰਨੀ?
ਤੋ ਹਸੇ ਆ ਗਿਓ ਫਿਰ ਆ ਜਾਓ ਰੋਟੀ ਖਾ ਲਓ ਕਿਹੜੀ ਮੰਮੀ ਤੇ ਪ੍ਰੀਤ ਪਤਾ ਨਹੀਂ ਕੀ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ ਆ ਤੇ ਮੇਰੇ ਤੇ ਅੰਦਰ ਨਾਲ ਇੰਨਾ ਮਾੜਾ ਬਿਹੇਵ ਕਰਦੇ ਆ ਨਾ ਸਾਰਾ ਦਿਨ ਕੀ ਗੱਲ ਹੋ ਗਈ ਆ ਪਤਾ ਨਹੀਂ ਕੀ ਗੱਲ ਆ ਤੁਸੀਂ ਆਪ ਉਹਨਾਂ ਨਾਲ ਗੱਲ ਕਰਕੇ ਵੇਖਿਓ ਮਾੜੀ ਜੀ ਨਹੀਂ ਗੱਲ ਦਾ ਕੁਝ ਪਤਾ ਵੀ ਲੱਗੇ ਇਦਾਂ ਮੈਂ ਕਿਹੜੀ ਗੱਲ ਕਰਾਂ ਗੱਲ ਇਹੀ ਆ ਵੀ ਸਾਰਾ ਦਿਨ ਇੱਕੋ ਮੰਜੇ ਤੇ ਬਹਿ ਕੇ ਚੁਗਲੀਆਂ ਤੇਰੀ ਕੌਣ ਆ ਵੀ ਕੰਮ ਨਹੀਂ ਕਰਦੇ ਨਾ ਸਾਡੀ ਹੈਲਪ ਕਰਦੇ ਵੀ ਆਪਾਂ ਸਾਰਾ ਦਿਨ ਬਾਹਰ ਕੀ ਯਾਰ ਮੈਂ ਨਹੀਂ ਬਣਾਉਣੀ ਆ ਤਾਂ ਹੋ ਗਈ ਮੈਂ ਆ ਜਾ ਆ ਜਾ ਚਾਹ ਰੱਖ ਦੇਣੀ ਸੀ ਚਾਹ ਤੇ ਰੱਖੀ ਆ ਭਾਜੀ ਮੈਂ ਗੱਲ ਕਰਨੀ ਸੀ ਇੱਕ ਮੰਮੀ ਤੇ ਪ੍ਰੀਤ ਪਤਾ ਨਹੀਂ ਕਿਉਂ ਇਨਾ ਵਿਤਕਰਾ ਕਰਦੇ ਆ ਮੇਰੇ ਤੇ ਅੰਤਰ ਨਾਲ ਕੀ ਗੱਲ ਹੋ ਗਈ ਆ ਐਵੇਂ ਸਾਰਾ ਦਿਨ ਵਿਹਲੀਆਂ ਬੈਠੀਆਂ ਰਹਿੰਦੀਆਂ ਦੋਵੇਂ ਜਣੀਆਂ ਕੰਮ ਕੋਈ ਵੀ ਨਹੀਂ ਆ ਫਿਰ ਵੀ ਅਸੀਂ ਕੰਮ ਕਰਦੀਆਂ ਸਾਨੂੰ ਸੁਣਾਉਂਦੀਆਂ ਰਹਿੰਦੀਆਂ ਆ ਇੱਦਾਂ ਥੋੜੀ ਹੁੰਦਾ ਆ ਚੱਲ ਮੈਂ ਕਰਦਾ ਮੰਮੀ ਨਾਲ ਗੱਲ ਮੰਮੀ ਨੇ ਹਮੇਸ਼ਾ ਉਹ ਸਾਡੇ ਤੇ ਉਹਦੇ ਕੰਮ 'ਚ ਪਾਰਸ਼ਲਟੀ ਕਰਨੀ ਹੁੰਦੀ ਆ ਉਦੋਂ ਸੂਟ ਲਿਆ ਕੇ ਆਉਂਦੇ ਸਾਨੂੰ ਸੜੇ ਸੂਟ ਜਿਹੇ ਲਿਆ ਸੜੇ ਜਿਹੇ ਲਿਆ ਅਤੇ ਉਹਨੂੰ ਇੰਨਾ ਸੋਹਣਾ ਸੂਟ ਲਿਆ ਕੇ ਦਿੱਤਾ ਨਹੀਂ ਨਹੀਂ ਇਹ ਤਾਂ ਮੰਮੀ ਦੀ ਗਲਤੀ ਆ ਨਾ ਜਦੋਂ ਹੁਣ ਅਸੀਂ ਤਿੰਨੇ ਭਰਾ ਇਕੱਠੀ ਕਮਾਈ ਕਰਨ ਦੇ ਘਰ ਇੱਕੋ ਵਿੱਚ ਆਉਣ ਦੀ ਆ ਘਰ 'ਚ ਕੋਈ ਵੀ ਨਹੀਂ ਗੱਲ ਸੁਣਦਾ ਤੁਹਾਡੇ ਤਿੰਨਾਂ ਦੇ ਵਿੱਚ ਕਿਉਂ ਇਦਾਂ ਅੰਤਰ ਰੱਖਦੇ ਤੁਹਾਡੇ ਨਾਲ ਗੱਲ ਕੀਤੀ ਆ ਚੱਲ ਕੋਈ ਨਹੀਂ ਮੈਂ ਪੁੱਛਦਾ ਮੰਮੀ ਨੂੰ ਕਿ ਤੁਸੀਂ ਵਿਤਕਰਾ ਕਿਹੜੀ ਗੱਲੋਂ ਕਰਦੇ ਹੋ ਕੀ ਪਤਾ ਕੀ ਦੱਸਦੀ ਰਹਿੰਦੀ ਮੰਮੀ ਨੂੰ ਨਾਲੇ ਉਹਨੂੰ ਵੀ ਥੋੜ੍ਹਾ ਬਹੁਤਾ ਸਮਝਾਇਆ ਕਰੋ ਦੀਦੀ ਨੂੰ ਵੀ ਤੁਸੀਂ ਕੋਈ ਨਹੀਂ ਮੈਂ ਉਹਦੀ ਵੀ ਲਾਉਂਦਾ ਕਲਾਸ ਤੁਸੀਂ ਮੈਨੂੰ ਚਾਹ ਲਿਆ ਕੇ ਦਿਓ ਗਰਮ ਕਰਾਂ ਮੈਂ ਸਰੀਰ ਤੋਂ ਫੜਾ ਮੈਂ ਉਹਨੂੰ ਮੰਮੀ ਹਾਂਜੀ ਮੈਂ ਕਿਹੜਿਆ ਸੁਣ ਕੀ ਸੁਣਿਆ ਤੂੰ ਮਣੀ ਮੈਨੂੰ ਦੱਸਣ ਡੀ ਆ ਕਹਿਣ ਡੀ ਆ ਕਿ ਮੰਮੀ ਵੀ ਦੁਆਲੇ ਹੁੰਦੇ ਰਹਿੰਦੇ ਨਾ ਪ੍ਰੀਤ ਕੋਈ ਕੰਮ ਕਰਦੀ ਆ ਤੁਸੀਂ ਦੋਵਾਂ ਨੇ ਇੱਕੋ ਸਰਕਾਰ ਬਣਾਈ ਆ ਘਰ ਦੇ ਇੱਧਰ ਆ ਕੇ ਖਲੋਏ ਨਾ ਤੇਰੀ ਇੱਥੋਂ ਲੈਣੀ ਐਂਟਰੀ ਪਿੱਛੋਂ ਆ ਗਿਆ 3 2 1 ਇੱਥੇ ਸਹੀ ਹੈ ਮੈਂ ਕਹੀਏ ਮਰ ਲਾ ਤਾਂ ਇੱਥੇ ਹੁਣ ਆਇਆ ਕਰੀ ਜਾ ਪੋਪੜ ਦਾ ਮੋਟਰਸਾਈਕਲ ਪਰੇ ਕਰ ਤਨੀ ਬੇਟਾ ਪੋਪੜ ਨੂੰ ਆਹ ਕੋਣ ਜਾਂ ਬੇਟਾ ਚੱਲ ਚੱਲ ਡੰਡ ਮਾਰਦੀ ਹੈ ਇੱਕ ਦੋ ਡੰਡ ਮਾਰਦੀ ਹੁੰਦੀ ਕਿਉਂ ਨੀ ਪਾਤੀ ਮਗਰ ਉਹ ਕੰਮ ਲੱਗੇ ਆ ਯਾਰ ਆ ਜਾ ਲੱਕੜ ਦੀ ਚੰਗੀ ਜਾਲ ਕਢਾਉਣ ਡਿਆ ਚੱਲ ਇੱਥੇ ਮੈਂ ਨਾ ਆਇਆ ਨਾ ਇੱਥੇ ਦਾਨੇ ਮਾਰੇ ਤੇਰਾ ਪੜਵੰਜਾ ਹੋਣ ਲੱਗਾ ਜੀ ਪੜ੍ਹਾਈਏ ਹੀ ਨਾ ਆਹੋ ਚਲਾ